ਸ਼ਹਿਰ ਵਿੱਚ ਵਾਕਵਕ ਮੁਹੱਲੇਾਂ ਦਾ ਡੀਐਸਪੀ ਸਿਟੀ ਤਰੰਤਰੰਗ ਕਮਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਕਾਰੋ ਕਰਿਆ ਤੇ ਆਂਦਰ ਜਾਂਦੇ ਆ ਦੀ ਚੈਕਿੰਗ ਦੌਰਾਨ ਇੱਕ ਵਿਅਕਤੀ ਕਾਬੂ ਤਰੰਤਰੰਗ ਅੱਜ ਦੇਰ ਸ਼ਾਮ ਨੂੰ ਡੀਐਸਪੀ ਕਮਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਮੁਲਜ਼ਮ ਸਮੇਤ ਵਾਕਵਕ ਮੁਹੱਲੇਾਂ ਦੇ ਸੱਕੀ ਵਿਅਕਤੀਆਂ ਦੇ ਘਰਾਂ ਤੇ ਆਂਦੇ ਜਾਂਦੇ ਬਾਹਰਾਂ ਦੀ ਚੈਕਿੰਗ ਕੀਤੀ ਗਈ ਹੈ ਇਸ ਮੌਕੇ ਥਾਣਾ ਸਿਟੀ ਐਸਐਚਓ ਇੰਸਪੈਕਟਰ ਜਿੰਦੇ ਸਿੰਘ ਥਾਣਾ ਚੰਬਾਲ ਐਸਐਚਓ ਇਨਸਪੈਕਟਰ ਪਰਮਜੀਤ ਸਿੰਘ ਵਿਰਤੀ ਥਾਣਾ ਸਰਾ ਅਮਾਨਤ ਖਾਨ ਐਸਐਚਓ ਬਲਰਾਜ ਸਿੰਘ ਅਤੇ ਪੀਸੀਆਰ ਇਨਚਾਰਜ ਬਲਦੇਵ ਸਿੰਘ ਟੀਮਾਂ ਬਣਾਈਆਂ ਗਈਆਂ ਸਨ ਡੀਐਸਪੀ ਸਿਟੀ ਕਮਲਜੀਤ ਸਿੰਘ ਅਨੁਵਾਣੇ ਦੱਸਿਆ ਕਿ देर शाम ਅੱਜ ਸਬ ਡਿਵੀਜ਼ਨ ਸਿਟੀ ਪੁਲਿਸ ਮਿਲਜਮਾ ਸਮੇਤ ਤਰਨਤਾਰਨ ਸ਼ਹਿਰ ਵਿੱਚ ਵੱਖ-ਵੱਖ ਮਾਲਿਆਂ ਅੰਦਰ ਕਰਾ ਤੇ ਆਂਧੇ ਜਾਂਦੇ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਵਿਅਕਤੀ ਕਾਬੂ ਕਰ ਲਿਆ ਗਿਆ ਤਰਨਤਾਰਨ ਤੋਂ ਲਾਇ ਪੰਜਾਬ న్యూਸ ਦੇ ਪੱਤਰਕਾਰ ਅਜੀਤ ਕੁਮਾਰ ਦੀ ਵਿਸ਼ੇਸ਼ ਰਿਪੋਰਟ ਇਹ ਡਰੱਗ ਦੇ ਸਬੰਧ ਸੀ ਜੀ ਕੈਸੋ ਆਪਰੇਸ਼ਨ ਕੀਤਾ ਵਾ ਇਹ ਸਾਰੇ ਮਰਾਤਪੁਰ ਏਰੀਆ ਚ ਜਿਹੜੇ ਜਿਹੜੇ ਵੀ ਸ਼ੱਕੀ ਵਿਅਕਤੀ ਹੈ ਜਿਨ੍ਹਾਂ ਤੇ ਸ਼ੱਕ ਆ ਪਈ ਉਹ ਨਸ਼ੇ ਦਾ ਧੰਦਾ ਕਰਦੇ ਸਾਰਿਆਂ ਦੀ ਚੈਕਿੰਗ ਕੀਤੀ ਹੈ ਨਹੀਂ ਬਰਾਮਦਗੀ ਕੋਈ ਨਹੀਂ ਹੋਈ ਇੱਕ ਵਿਅਕਤੀ ਨੂੰ ਰਾਉਂਡ ਅਪ ਕੀਤਾ ਵਾ ਉਹ ਪਹਿਲਾਂ ਉੱਤੇ ਵਾਕ-ਵਾਕ ਕਰਨੇ ਦਰਜੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ